ਅੱਛਾ ਜੀ ਦੋ ਬੇਟਾ ਜੀ ਇੱਕ ਬੇਟੀ ਹੈ ਜੀ ਅੱਛਾ ਤਿੰਨੇ ਬਾਹਰ ਨੇ ਤਿੰਨੇ ਬਾਹਰ ਹੈ ਜੀ ਅੱਛਾ ਤਿੰਨੇ ਇਸੇ ਕਮਾਈ ਤੋਂ ਭੇਜੇ ਹਾਂ ਜੀ ਇਸੇ ਕਮਾਈ ਲੱਸੀ ਦੀ ਕਮਾਈ ਕਰਕੇ ਮਿੱਠੀ ਲੱਸੀ ਦੀ ਕਮਾਈ ਕਰਕੇ ਹੁਣ ਲੋਕ ਐ ਨਹੀਂ ਆਂਦੇਗੇ ਵੀ ਯਾਰ ਵੀ ਤਿੰਨ ਜਵਾਕ ਬਾਹਰ ਆ ਤੇਰੇ ਵੀ ਹੁਣ ਤਾਂ ਤੂੰ ਐਂ ਕਰ ਵੀ ਆਰਾਮ ਨਾਲ ਐਸ਼ ਕਰ ਫਿਰ ਲੋਕ ਹੀ ਆਉਂਦੇ ਵੀ ਨਾ ਕਰੇ ਯਾਰ ਲੱਸੀ ਵਾਲਾ ਕੰਮ ਪਤਾ ਹੀ ਗੱਲ ਹੈ ਜੀ ਬੱਚੇ ਵੀ ਕਹਿੰਦੇ ਆ ਅੱਛਾ ਬਹੁਤ ਸਾਡਾ ਮਾਣਯੋਗ ਸਦੱਸਿਆ ਵੀ ਕਹਿੰਦੇ ਆ ਜਿਹੜਾ ਮਤਲਬ ਮੇਰੇ ਕਸਟਮਰ ਹੈ ਕਿ ਖੁਦ ਕੰਮ ਛੱਡ ਦੋ ਨਾਲ ਦੇ ਰੇੜੀਆਂ ਵਾਲੇ ਵੀ ਕਹਿੰਦੇ ਹੋਣਗੇ ਭਰਾਵਾ ਸਾਡੇ ਪੈ ਲੈਂਦੇ ਗਾਹਕ ਤੇ ਮੇਰਾ ਅੰਦਰੋਂ ਇੱਕ ਜਜ਼ਬਾ ਹੈ ਅੱਛਾ ਵੈਦਰ ਕਿਹੜਾ ਵਧੀਆ ਲੱਗਿਆ ਇੰਡੀਆ ਦਾ ਵਧੀਆ ਲੱਗਾ ਕਿੱਧਰ ਦਾ ਵੈਦਰ ਦੇਖੋ ਜੀ ਉੱਥੇ ਤਾਂ ਤੁਹਾਨੂੰ ਪਤਾ ਹੀ ਹੈ ਦੋ ਹੀ ਰੁੱਤ ਮਿਲਦੇ ਆ ਕੈਨੇਡਾ 'ਚ ਕਿਉਂਕਿ ਉੱਥੇ ਤਾਂ ਮਾੜਾ ਮੌਸਮ ਗਰਮ ਹੋਇਆ ਮੀਂਹ ਅਤੇ ਸਨੋਅ ਤਾਂ ਉੱਥੇ ਤੁਹਾਨੂੰ ਪਤਾ ਹੀ ਹੈ ਸਿਆਲਾ ਠੰਡਾ ਔਖਾ ਔਖਾ ਅਤੇ ਆਪਣੀ ਚਾਰ ਰੁੱਤ ਹੈ ਜੀ ਰੁੱਤ ਵੱਲੋਂ ਤਾਂ ਆਪਣਾ ਇੰਡੀਆ ਬਹੁਤ ਵਧੀਆ ਹੈ ਛੇ ਰੁੱਤਾਂ ਹੋ ਜਾਂਦੀਆਂ ਆਪਣੇ ਤਾਂ ਵਿੱਚ ਮਿਲਾ ਕੇ ਵੇਖਿਆ ਪਿੱਛੇ ਮਤਲਬ ਜੇ ਮਿਲਾਈਏ ਤਾਂ ਛੇ ਰੁੱਤਾਂ ਹੋ ਜਾਂਦੀਆਂ ਉੱਥੇ ਤਾਂ ਆਪਾਂ ਨੂੰ ਰੁੱਤ ਤਾਂ ਦੋ ਹੀ ਮਿਲਦੇ ਆ ਉਹ ਤਾਂ ਹੋਰ ਤਾਂ ਰੁੱਤ ਮਤਲਬ ਇਹ ਹੈ ਕਿ ਚਲੋ ਸਿਰਫ ਮੈਂ ਦੇਖੀ ਤਾਂ ਸੌਖਾ ਉੱਥੇ ਸਿਰਫ ਸਿਸਟਮ ਕਰਕੇ ਬੱਚੇ ਜਾ ਰਿਹਾ ਤੁਸੀਂ ਕੋਈ ਚੀਜ਼ ਖਾਣ ਵੀ ਲੱਗੇ ਤੁਹਾਨੂੰ ਡਸਟਬਿਨ ਨਾ ਮਿਲਿਆ ਐਕਚੁਅਲੀ ਤੁਹਾਨੂੰ ਉਹ ਥੈਲੇ 'ਚ ਪਾਉਣਾ ਪੈਣਾ ਜੇਬ 'ਚ ਪਾਉਣਾ ਪੈਣਾ ਜਿੱਥੇ ਤੁਹਾਨੂੰ ਡਸਟਬਿਨ ਮਿਲੂਗਾ ਉੱਥੇ ਡਸਟਬਿਨ 'ਚ ਪਾਓਗੇ ਐਂ ਨਹੀਂ ਕਿ ਖਾਧਾ ਐਂ ਚਲਾ ਕੇ ਮਾਰਿਆ ਆਪਣੇ ਇੰਡੀਆ 'ਚ ਕੀ ਹੈ ਕੇਲੇ ਲਾ ਲਓ ਕੇਲੇ ਖਾਈ ਜਾਂਦੇ ਛਿੱਲਾ ਐਂ ਮਾਰ ਦਿੰਦੇ ਮੈਨੂੰ ਤਾਂ ਅਸਲ ਧਰਮ ਉੱਧਰ ਜ਼ਿਆਦੇ ਆ ਆਪਣੇ ਧਰਮ 33 ਕਰੋੜ ਦੇਵ ਤਾਂ ਆਪਣੇ ਪਰ ਧਰਮ ਉੱਧਰ ਜ਼ਿਆਦੇ ਧਰਮ ਜ਼ਿਆਦੇ ਆਪਣੇ ਸਿਰਫ ਦੇਵਤੇ ਨੂੰ ਪੂਜਦੇ ਆ ਪਰ ਦੇਵਤੇ ਆਪਾਂ ਮੰਨਦੇ ਨਹੀਂ ਸਿਰਫ ਇੱਕ ਆਪਾਂ ਇੱਕ ਫਾਰਮੈਲਿਟੀ ਕਰਦੇ ਬਾਣੀ ਪੜ੍ਹਦੇ ਆ ਪਰ ਮੰਨਦੇ ਨਹੀਂ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਆ ਜੀ ਆਪਾਂ ਮੱਥਾ ਟੇਕਦੇ ਆ ਪਰ ਮੰਨਦੇ ਨਹੀਂ ਮੰਨਦੇ ਨਹੀਂ ਅੱਜ ਤੁਹਾਨੂੰ ਬੁਲਾਉਣ ਜਾ ਰਹੇ ਹਾਂ ਇਹੋ ਜਿਹੀ ਸਟੋਰੀ ਹੈ ਇਹ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਕਨਈਆ ਚੌਂਕ ਦੇ ਵਿੱਚ ਇੱਕ ਇਹੋ ਜਿਹੀ ਰੇਹੜੀ ਨੂੰ ਬੁਲਾਉਣ ਜਾ ਰਹੇ ਹਾਂ ਇਸ ਰੇਹੜੀ ਦੇ ਚਾਰ ਪਹੀਆਂ ਨੇ ਕਦੋਂ ਜਹਾਜ਼ ਬਣਿਆ ਅਤੇ ਉਹਨਾਂ ਦੇ ਰੇਹੜੀ ਨੇ ਉਡਾਣ ਭਰੀ ਔਰ ਉਡਾਣ ਕੈਨੇਡਾ ਦੀ ਨਹੀਂ ਭਰੀ ਆਸਟ੍ਰੇਲੀਆ ਦੀ ਵੀ ਭਰੀ ਔਰ ਸੱਤ ਸਮੁੰਦਰਾਂ ਦੀ ਧਰਤੀਆਂ ਦਾ ਦੌਰਾ ਕੀਤਾ ਔਰ ਤੁਹਾਨੂੰ ਬੁਲਾਉਣ ਜਾ ਰਹੇ ਹਾਂ ਉਮੇਸ਼ ਜੀ ਨਾਲ ਜੋ ਲੱਸੀ ਦਾ ਕੰਮ ਕਰਦੇ ਆ ਔਰ ਫਰੀਦਕੋਟ ਦੇ ਧਰਤੀ ਦੇ ਬਹੁਤ ਮਸ਼ਹੂਰ ਨੇ ਕਨਈਆ ਚੌਂਕ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਜੀ ਠੀਕ ਠਾਕ ਚੜ੍ਹਦੀ ਗੱਲ ਆ ਜੀ ਬਹੁਤ ਵਧੀਆ ਜੀ ਬਾਈ ਜੀ ਅੱਜ ਜਿਹੜਾ ਸਫ਼ਰ ਆ ਤੁਹਾਡਾ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਵੀ ਬਾਈ ਨੇ ਟ੍ਰੈਂਡ ਸੈੱਟ ਕੀਤਾ ਹੋਇਆ ਵੀ ਮਿਹਨਤ ਦੇ ਨਾਲ ਜਿਹੜੇ ਬੱਚੇ ਆ ਉਹ ਵਿਦੇਸ਼ਾਂ ਦੀ ਧਰਤੀ 'ਤੇ ਸੈਟਲ ਕੀਤੇ ਮੇਰੇ ਖਿਆਲ ਨਾਲ ਦੋ ਬੱਚੇ ਜਿਹੜੇ ਵਿਦੇਸ਼ਾਂ ਦੀ ਧਰਤੀ 'ਤੇ ਆਸਟ੍ਰੇਲੀਆ ਅਤੇ ਕੈਨੇਡਾ ਭੇਜ ਚੁੱਕੇ ਹੋ ਤੁਸੀਂ ਹਾਂਜੀ ਹਾਂਜੀ ਦੋ ਬੱਚੇ ਤਿੰਨ ਬੱਚੇ ਜੀ ਮੇਰੇ ਅੱਛਾ ਜੀ ਦੋ ਬੇਟਾ ਜੀ ਇੱਕ ਬੇਟੀ ਹੈ ਜੀ ਅੱਛਾ ਤਿੰਨੇ ਬਾਹਰ ਨੇ ਤਿੰਨੇ ਬਾਹਰ ਹੈ ਜੀ ਅੱਛਾ ਤਿੰਨੇ ਇਸੇ ਕਮਾਈ ਤੋਂ ਭੇਜੇ ਹਾਂਜੀ ਇਸੇ ਕਮਾਈ ਲੱਸੀ ਦੀ ਕਮਾਈ ਕਰਕੇ ਮਿੱਠੀ ਲੱਸੀ ਦੀ ਕਮਾਈ ਕਰਕੇ ਮਿੱਠੀ ਲੱਸੀ ਤੋਂ ਕਮਾਈ ਇਹ ਫਿਰ ਨਾਰਮਲੀ ਜੇ ਵੇਖਿਆ ਜਾਵੇ ਜਦੋਂ ਪਹਿਲੇ ਸਮੇਂ ਤੋਂ ਤੁਸੀਂ ਕਦੋਂ ਸ਼ੁਰੂਆਤ ਕੀਤੀ ਇਹਦੀ ਲੱਸੀ ਦੀ ਮੈਂ ਜੀ ਲੱਸੀ ਦਾ ਕੰਮ ਜੀ 1988 ਤੋਂ ਸ਼ੁਰੂ ਕੀਤੀ ਹੈ ਜੀ ਅੱਛਾ ਜੀ ਉਦੋਂ 2 ਰੁਪਏ ਗਲਾਸ ਵੇਚਦਾ ਹੁੰਦਾ ਸੀਗਾ ਬਹੁਤ ਵਧੀਆ ਮਤਲਬ ਸਮਾਂ ਨਿਕਲਦਾ 34 ਸਾਲ ਹੋ ਗਿਆ ਜੀ ਹਾਂ 34 ਸਾਲ ਹੋ ਗਿਆ ਜੀ ਫਿਰ ਪਿਛੋਕੜ ਤੁਹਾਡਾ ਫਿਰ ਮੇਰਾ ਪਿਛੋਕੜ ਹੈ ਜੀ ਬਿਹਾਰ ਭਾਗਲਪੁਰ ਭਾਗਲਪੁਰ ਪਟਨਾ ਜੀ ਭਾਗਲਪੁਰ ਪਟਨਾ ਸਾਡਾ ਰਾਜਧਾਨੀ ਰਾਜਧਾਨੀ ਪਟਨਾ ਪੈ ਜਾਂਦਾ ਜੀ ਜ਼ਿਲ੍ਹਾ ਭਾਗਲਪੁਰ ਪੈਂਦਾ ਜੀ ਭਾਗਲਪੁਰ ਵਿੱਚ ਛੋਟਾ ਜਿਹਾ ਕਸਬਾ ਸਹੋੜੀ ਪੈਂਦਾ ਜੀ ਉਹਦੇ ਪਿੰਡ ਦਾ ਰਹਿਣ ਵਾਲਾ ਮੈਂ ਅਤੇ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੀ ਜਨਮ ਭੂਮੀ ਤੋਂ ਆਇਆ ਹਾਂਜੀ ਹਾਂਜੀ ਅਤੇ ਮੈਂ ਬਹੁਤ ਗਰੀਬ ਪਰਿਵਾਰ 'ਚੋਂ ਬਿਲੋਂਗ ਕਰਦਾ ਅੱਛਾ ਮਤਲਬ ਇੰਨਾ ਗਰੀਬ ਸੀਗਾ ਕਿ ਇੱਕ ਟਾਈਮ ਦੀ ਰੋਟੀ ਮਿਲਦੀ ਸੀ ਦੂਜੇ ਟਾਈਮ ਦੀ ਆਸ ਨਹੀਂ ਹੁੰਦੀ ਸੀ ਮਿਲਣੀ ਕਿ ਨਹੀਂ ਮਿਲਣੀ ਵੀ ਰੋਟੀ ਮਿਲੂਗੀ ਕਿ ਨਹੀਂ ਮਿਲੂਗੀ ਕਿ ਨਹੀਂ ਮਿਲੂਗੀ ਜੀ ਫਿਰ ਹੌਲੀ ਹੌਲੀ ਜੀ ਉਮਰ ਵਧਿਆ ਜਦੋਂ ਮੈਂ 8-9 ਸਾਲ ਦਾ ਹੋਇਆ ਅਤੇ ਮੇਰਾ ਮਾਮਾ ਮੰਡੀ ਗੋਬਿੰਦਗੜ੍ਹ ਖੰਨਾ ਅਤੇ ਉੱਥੇ ਮਤਲਬ ਰਹਿੰਦਾ ਸੀਗਾ ਮੈਨੂੰ ਮੇਰਾ ਮਾਮਾ ਲੈ ਕੇ ਆਇਆ ਇੱਥੇ ਪੰਜਾਬ ਲਿਆ 1979 ਵਿੱਚ ਮੈਂ ਪੰਜਾਬ ਆਇਆ 1979 'ਚ ਪੰਜਾਬ ਆਇਆ ਜੀ ਉਦੋਂ ਮੈਂ ਜਦੋਂ ਆਇਆ ਤਾਂ ਮੈਂ 30 ਰੁਪਏ ਮਹੀਨੇ 'ਚ ਕੰਮ ਕੀਤਾ ਇੱਕ ਹੋਟਲ 'ਚ ਅੱਛਾ ਉਹ ਇੱਥੇ ਕੀਤਾ ਕਿ ਹੋਰ ਖੰਨੇ 'ਚ ਖੰਨੇ 'ਚ ਮੈਂ ਕੀਤਾ 1979 'ਚ ਇੱਕ ਹੋਟਲ 'ਚ 30 ਰੁਪਏ ਮਹੀਨੇ 30 ਰੁਪਏ ਮਹੀਨੇ ਕੰਮ ਕੀਤਾ ਸੁੱਖ ਉਹ ਦਿਨ ਵੀ ਭੁੱਲਿਆ ਨਹੀਂ ਮੈਂ ਉਹ ਦਿਨ ਵੀ ਯਾਦ ਕਰੀ ਜਾਂਦਾ ਅਤੇ ਉਹ ਵੀ ਦਿਨ ਯਾਦ ਕਰੀ ਜਾਂਦਾ ਜਿਹੜਾ ਇੱਕ ਸਮਾਂ ਦੀ ਰੋਟੀ ਮਿਲਦੀ ਸੀ ਦੂਜੇ ਸਮਾਂ ਦੀ ਆਸ ਨਹੀਂ ਹੁੰਦੀ ਸੀ ਮਿਲਣੀ ਕਿ ਨਹੀਂ ਮਿਲਣੀ ਪਰ ਹੁਣ ਇਸ ਵੇਲੇ ਬਾਬਾ ਫਰੀਦ ਨਗਰੀ 'ਚ ਮੈਂ ਰਹਿ ਰਿਹਾ ਮੈਂ ਬਾਬਾ ਫਰੀਦ ਨਗਰੀ 'ਚ 1990 'ਚ ਆਇਆ ਸੀ 1990 'ਚ ਬਾਬਾ ਫਰੀਦ ਨਗਰੀ 'ਚ ਆਇਆ ਤਾਂ ਉਦੋਂ ਮੈਂ ਲੱਸੀ ਲਈ ਜਾਂਦਾ ਉਦੋਂ ਮੈਂ ਕੋਈ ਕੰਮ ਦੂਜਾ ਨਹੀਂ ਬਦਲਿਆ ਮੈਂ ਲੱਸੀ 'ਚੋਂ ਹੀ ਸਟੈਂਡ ਹੋਇਆ
32 साल हो गए लस्सी का काम करते नूं। लस्सी का काम करते नूं, हाँ जी लस्सी का काम ही करते नूं 32 साल हो गया जी। इसे लस्सी चों थोड़े सामने जी विदेशां च मुंडे मुंडे देखो इन्हां दे तीन हुणे 10 घटे ने भी इन्हां दे दो बेटे ने ते एक बेटी आ और बेटी कैनेडा च कैनेडा जी ते एक मुंडा कैनेडा च और एक मुंडा जिहड़ा आस्ट्रेलिया च। हुण देखो भी लस्सी की कमाई है, कई जिमीदार भरा कह देंगे आ भी लस्सी की कमाई जां अपने साडा जिमीदार कोले तां बहुत साधन हुंदे आ, कहिंदे भी बच्चे भेजने बहुत औखे आ। आ देखो तुसीं 25-30 रुपईआं दा गलास तों कमाई नहीं छड्डी और इन्हां ने फिर किवें भाई सफर तय किया, तो फिर फीसां बहुत ज़्यादा आ। सफर तो बहुत औखा तय किया जी, बहुत अगे। पहला बेटा कदों भेजा फिर तुसीं? पहला बेटा मेरा जी 2013 ਵਿੱਚ ਪਹਿਲਾ ਬੇਟਾ ਮੈਂ ਆਸਟ੍ਰੇਲੀਆ ਭੇਜਿਆ 2013 'ਚ। ਉਦੋਂ ਬਾਅਦ 2014 'ਚ ਉਦੋਂ ਨੋਰਮਲੀ 13-14 ਲੱਖ ਰੁਪਈਆ, ਹਾਂ 13-14 ਲੱਖ ਲੱਗਦਾ ਸੀਗਾ ਜੀ। ਅਤੇ ਚਲੋ ਮੈਂ ਤਾਂ ਹਿੰਮਤ ਨਹੀਂ ਹਾਰਿਆ, ਮੇਰੇ ਕੋਲ ਪੈਸੇ ਤਾਂ ਥੋੜ੍ਹੇ ਹੁੰਦੇ ਸੀ ਜਦੋਂ ਮੈਂ ਭੇਜਣ ਜਦੋਂ ਬੇਟਾ ਮੈਂ ਭੇਜਿਆ ਉਦੋਂ ਮੇਰੇ ਕੋਲ 5-6 ਲੱਖ ਰੁਪਇਆ ਸੀ। ਅੱਛਾ, ਇਹ ਨਹੀਂ ਪਤਾ ਬਾਬਾ ਹੋਰੀ ਤਾਂ ਮਿਹਰ ਇੰਨੀ ਹੋਈ, ਪਤਾ ਨਹੀਂ ਕਿੱਧਰੋਂ ਆਏ ਅਤੇ 12-13 ਲੱਖ ਰੁਪਇਆ ਇਕੱਠਾ ਹੋਇਆ ਬੇਟਾ ਉਹਨੇ ਫੜ ਦੜ ਕੇ ਜਿਵੇਂ ਮਰਜ਼ੀ ਕਰ ਲਏ ਵੀ ਆ ਹੀ ਜਾਂਦੇ ਆ ਹੀ ਜਾਂਦੇ ਜੀ। ਮਾਲਕ ਮਨ ਸੱਚਾ ਜੀ, ਮਿਹਨਤ ਵਾਲੇ ਨੂੰ ਦੇ ਹੀ ਦਿੰਦਾ ਦਾ ਸ਼ੁਕਰ ਹੋ ਗਿਆ। ਬਾਕੀ ਮੈਂ ਮਿਹਨਤ ਖੁੱਲ੍ਹ ਕੇ ਕੀਤਾ ਜੀ, ਕੋਈ ਇਹੋ ਜਿਹੇ ਦਿਲ 'ਚ ਪਾਪ ਨਹੀਂ ਰੱਖ ਕੇ ਕੀਤਾ ਜੀ। ਜਿੰਨੇ ਚਿਰ ਮੈਂ ਕੰਮ ਫਿਰ ਦੂਸਰਾ ਬੇਟਾ ਦੂਸਰਾ ਬੇਟਾ ਜੀ 2014 'ਚ ਉਹ ਕੈਨੇਡਾ ਭੇਜਿਆ ਜੀ। ਅਤੇ ਉਹ ਵੀ ਫਿਰ ਐਂ ਦੂਜੇ ਨੇ ਹੈਲਪ ਕੀਤੀ ਪਹਿਲਾਂ ਵਾਲੇ? ਮਾੜਾ ਮੋਟਾ ਦੂਜੇ ਨੇ ਹੈਲਪ ਕੀਤੀ ਅਤੇ ਬਾਕੀ ਕੁਛ ਆਪ ਫਿਰ ਆਪ ਕੀਤੇ ਅਤੇ ਵੱਡੇ ਆਸਟ੍ਰੇਲੀਆ ਵਾਲੇ ਬੇਟੇ ਨੇ ਵੀ ਮਿਹਨਤ ਕੀਤਾ। ਫਿਰ ਬੇਟੀ ਦੀ ਪੜ੍ਹਾਈ? ਫਿਰ ਉਹ ਤੋਂ ਬਾਅਦ ਜੀ ਬੇਟੀ ਨੂੰ 2017 'ਚ ਮੈਰਿਜ, ਤੁਸੀਂ ਮੈਰਿਜ ਕਰਕੇ ਭੇਜਿਆ ਕਿ ਵੈਸੇ? ਨਹੀਂ, ਉਹ ਇਸੇ ਪਹਿਲਾਂ ਭੇਜਿਆ ਜੀ। ਅੱਛਾ, ਤੁਸੀਂ ਭੇਜਿਆ ਉਹ ਵੀ? ਹਾਂ, ਉਹ ਵੀ ਮੈਂ ਭੇਜਿਆ ਜੀ। ਭੇਜਣ ਤੋਂ ਬਾਅਦ ਮੈਂ ਮੈਰਿਜ ਕੀਤਾ 2017 'ਚ, ਫਿਰ ਦੋਨੇ ਬੇਟਿਆਂ ਨੇ ਹੈਲਪ ਕਰਤੀ? ਹਾਂਜੀ, ਦੋਨੋਂ ਬੇਟਿਆਂ ਨੇ ਹੈਲਪ ਕੀਤੀ ਅਤੇ ਆਪ ਮਿਹਨਤ ਕਰਦੇ ਸੀ। ਅਤੇ ਬਾਕੀ ਬੇਟਾ ਬੇਟੀ ਨੂੰ ਵਿਆਹਿਆ ਅਤੇ ਮੈਂ ਕੋਈ ਪੈਸਾ ਨਹੀਂ ਲਾਲਚ ਕੀਤਾ ਜੀ, ਸਾਨੂੰ ਔਫਰ ਵੀ ਬਹੁਤ ਆਉਂਦਾ ਰਿਹਾ 20 ਲੱਖ ਲੈ ਲਓ 21 ਲੱਖ ਲੈ ਲਓ, ਪਰ ਮੈਂ 1 ਰੁਪਿਆ ਨਹੀਂ ਲਿਆ, ਕੋਲੋਂ ਪੈਸੇ ਲਾ ਕੇ ਬੇਟੀ ਦੀ ਮੈਰਿਜ ਕੀਤੀ। ਆਉਂਦੇ ਜਿਗਰੇ ਅਤੇ ਜਿਹੜੇ ਵੱਡੇ ਵੱਡੇ ਹੋ ਕੇ ਜਿਮੀਦਾਰ ਹੋ ਕੇ ਜਾਂ ਘਰਾਣੇ ਹੋ ਕੇ ਜਦੋਂ ਬੇਟੀਆਂ ਬਾਹਰ ਜਾ ਕੇ ਪੀਅਰ ਹੋ ਜਾਂਦੀਆਂ ਤਾਂ ਉਹਨਾਂ ਦੇ ਸੌਦੇ ਕਰਦੇ ਜਾਂ ਮੁੰਡਿਆਂ ਦੇ ਸੌਦੇ ਕਰਦੇ ਆ, ਉਹਨਾਂ ਨੂੰ ਕੋਈ ਸਮਝਣਾ ਚਾਹੀਦਾ ਵੀ ਆਹ ਹੁੰਦੇ ਜਿਗਰੇ। ਅਤੇ ਔਰ ਦੇਖੋ ਇੱਕ ਰੇਹੜੀ ਵਾਲੇ ਇਨਸਾਨ ਨੇ ਕਿਹਾ ਤਾਂ ਵੀ ਮੈਂ ਕੁਛ ਨਹੀਂ ਲੈਣਾ, ਮੈਂ ਸਿਰਫ ਬੇਟੀ ਦਾ ਵਿਆਹ ਕੀਤਾ। ਹਾਂਜੀ, ਮੈਂ ਤਾਂ ਇਹੀ ਕਿਹਾ, ਮੈਂ ਕਿਹਾ ਮੈਨੂੰ ਮੁੰਡਾ ਇੱਧਰੋਂ ਮਿਲ ਗਿਆ ਕਿ ਮੁੰਡਾ ਇੱਧਰੋਂ ਜੀ ਕੋਟਕਪੁਰੇ ਦਾ ਬਿਲੋਂਗ ਕਰਦਾ ਮੁੰਡਾ? ਅੱਛਾ ਜੀ। ਹਾਂ ਜੀ, ਵਧੀਆ, ਠੀਕ ਹੈ ਮੁੰਡਾ। ਅਤੇ ਮੈਂ ਜਦੋਂ ਇੱਕੋ ਗੱਲ ਕੀਤਾ ਸੀਗਾ ਕਿ ਮੈਨੂੰ ਘਰ ਵਧੀਆ ਚਾਹੀਦਾ, ਮੇਰੀ ਬੇਟੀ ਸੁਖੀ ਰਹੇ। ਹਾਂ, ਮੈਂ ਰੁਪਈਏ ਦੀ ਕੋਈ ਡਿਮਾਂਡ ਨਹੀਂ ਕੀਤੀ ਨਾ ਮੈਂ ਮੰਗਿਆ। ਐਕਚੁਲੀ ਮੈਂ ਕੋਲੋਂ ਲਾ ਕੇ ਜੋ ਵੀ ਖਰਚਾ ਹੋਇਆ ਅਤੇ ਮੈਂ ਕੋਲੋਂ ਪੈਸੇ ਲਾ ਕੇ ਵਿਆਹ ਕੀਤਾ ਅਤੇ ਮੈਂ ਉਹਨਾਂ ਦਾ 1 ਰੁਪਿਆ ਨਹੀਂ ਲਿਆ। ਹਾਂ, ਬਾਕੀ ਇਹ ਹੈ ਕਿ ਮੈਨੂੰ ਤਾਂ ਇਹੀ ਖੁਸ਼ੀ। ਉਮੇਸ਼ ਆਪ ਵੀ ਬਾਈ ਜਾਇਆ ਆ ਬਾਹਰ? ਹਾਂਜੀ, ਮੈਂ 2017 'ਚ ਇੱਕ ਵਾਰੀ ਗਿਆ ਸੀਗਾ ਜੀ, 2018 'ਚ ਮੈਂ ਗਿਆ ਜੀ, ਅਤੇ ਉਹ ਤੋਂ ਬਾਅਦ ਮੈਂ ਹੁਣੇ ਆਇਆ 2000 ਆਸਟ੍ਰੇਲੀਆ ਜੀ ਆਇਆ ਕੈਨੇਡਾ ਜੀ? ਨਹੀਂ, ਕੈਨੇਡਾ ਗਿਆ ਜੀ। ਆਸਟ੍ਰੇਲੀਆ ਨਹੀਂ ਗਿਆ? ਆਸਟ੍ਰੇਲੀਆ ਨਹੀਂ ਗਿਆ ਹਾਲੇ ਜੀ। ਅਤੇ ਮੈਂ ਕੈਨੇਡਾ, ਹਾਂਜੀ, ਦੂਜਾ ਗੇੜਾ ਮੇਰਾ ਲੱਗਿਆ 2021 'ਚ, ਮੈਂ ਨਵੰਬਰ 'ਚ ਗਿਆ ਸੀ। ਫਿਰ ਮਤਲਬ ਦੋਨੇ ਪਾਸੇ ਘਰ ਹੋ ਗਏ ਹੁਣ ਤਾਂ? ਹਾਂਜੀ ਹਾਂਜੀ। ਮੁੰਡੇ ਪੀਅਰ ਹੋ ਗਏ? ਹਾਂਜੀ ਬੇਟਾ, ਕੈਨੇਡਾ ਵਾਲਾ ਪੀਅਰ ਹੈ ਜੀ। ਆਸਟ੍ਰੇਲੀਆ ਵਾਲਾ ਨੇੜੇ ਆ? ਆਸਟ੍ਰੇਲੀਆ ਵਾਲਾ ਨੇੜੇ ਆ ਜੀ, ਉਹਨਾਂ ਦੇ ਹਾਲੇ ਪੀਅਰ ਆਏ। ਲੜਕੀ ਕੈਨੇਡਾ ਵਾਲੀ? ਉਹ ਵਰਕ ਪਰਮਿਟ 'ਤੇ ਹੈ ਜੀ। ਚਲੋ, ਵਧੀਆ ਗੱਲ ਆ, ਉਹ ਵਰਕ ਪਰਮਿਟ 'ਤੇ ਹੈ। ਅਤੇ ਔਰ ਜਦੋਂ ਤੁਸੀਂ ਗਏ ਆ ਜੀ 2018 'ਚ ਗਏ ਆ ਤੁਸੀਂ, ਹੈ ਨਾ? ਹਾਂਜੀ, 2018 'ਚ 18 'ਚ ਗਏ ਆ, ਅਤੇ ਫਿਰ ਉੱਥੋਂ ਦਾ ਫਰਕ ਦੇਖਿਆ ਹੋਣਾ ਵੀ ਇੱਥੇ ਮਿਹਨਤ ਆ ਅਤੇ ਉੱਧਰਲੀ ਮਿਹਨਤ 'ਚ ਕੀ ਫਰਕ ਆ? ਸੁੱਖ ਉੱਥੋਂ ਮੈਂ ਦੱਸਣ ਲੱਗਿਆ, ਮਿਹਨਤ ਜਿਹੜੀ ਉੱਥੇ ਨਾ ਇੱਕ ਸਿਸਟਮ ਹੈ, ਹਰ ਚੀਜ਼ ਦਾ ਟਾਈਮ ਹੈ, ਹਰ ਚੀਜ਼ ਦਾ। ਉਹ ਬੱਚੇ ਨੂੰ ਨਾ ਜਿਵੇਂ ਬੱਚਾ ਕੰਮ ਕਰਦਾ ਜਾਂ ਕੋਈ ਬੱਚਾ ਕੰਮ ਕਰਦਾ, ਉਸ ਕੰਮ ਦਾ ਬੱਚੇ ਨੂੰ ਹੱਕ ਮਿਲਦਾ ਆਪਣੇ, ਜਿਹੜੇ ਉੱਥੋਂ ਹਰ ਚੀਜ਼ ਦਾ ਸਿਸਟਮ ਹੈ, ਟਾਈਮ ਟੂ ਟਾਈਮ ਕੰਮ ਕਰਨਾ, ਟਾਈਮ ਟੂ ਪੈਸਾ ਮਿਲਣਾ। ਆਪਣੇ ਜਿਹੜੇ ਇੰਡੀਆ ਦਾ ਕੋਈ ਸਿਸਟਮ ਨਹੀਂ ਹੈ, ਕੰਮ ਦਾ ਸਿਸਟਮ ਨਹੀਂ ਹੈ, ਨਾ ਕੋਈ ਕਿਸੇ ਚੀਜ਼ ਦਾ ਸਿਸਟਮ ਹੈ। ਉੱਥੇ ਦਿਹਾੜੀ ਵੀ ਬੰਨੀ ਹੋਈ ਆ, ਸਾਰਾ ਕੁਛ ਬੰਨ ਚੁੱਕਾ। ਹਾਂਜੀ, ਸੁੱਖ ਉੱਥੇ ਤਾਂ ਦਿਹਾੜੀ, ਉਸੇ ਜਿਹੜੀ ਦਿਹਾੜੀ ਹੈ ਉਹ ਵੀ ਬੰਨਿਆ ਹੋਇਆ, ਕਿੰਨੇ ਤੁਹਾਨੂੰ ਮਿਲਣੇ, ਇੰਨੇ ਘੰਟੇ ਕਰਨੇ, ਉਦੋਂ ਬਾਅਦ ਤੁਸੀਂ ਆਪਦਾ ਇੰਜੋਏ ਕਰੋ ਜਿਵੇਂ ਮਰਜ਼ੀ। ਔਰ ਇੱਥੇ ਦਾ ਕੋਈ ਸਿਸਟਮ ਨਹੀਂ ਹੈ ਜੀ, ਕੋਈ ਟ੍ਰੈਫਿਕ ਦਾ ਸਿਸਟਮ ਨਹੀਂ ਹੈ। ਅੱਜ ਕੱਲ੍ਹ ਹਰੇਕ ਕਹਿੰਦਾ ਵੀ ਯਾਰ ਬਾਹਰ ਹੀ ਭੇਜ ਦਿਓ, ਫਿਰ ਇਹੀ ਤਾਂ ਨਹੀਂ ਕਾਰਨ? ਫਿਰ ਕਾਰਨ ਇਹੀ ਹੈ ਜੀ, ਉੱਥੇ ਬੱਚੇ, ਉੱਥੇ ਸਿਸਟਮ ਕਰਕੇ ਬੱਚੇ ਜਾਂਦੇ ਆ। ਇੱਥੇ ਦੇਖੋ, ਬੱਚਾ ਚੰਗਾ ਐਜੂਕੇਸ਼ਨ ਲੈ ਕੇ, ਬਹੁਤ ਵਧੀਆ ਐਜੂਕੇਸ਼ਨ ਲੈ ਕੇ, ਜੇ ਤੁਹਾਡੇ ਕੋਲ ਪੈਸਾ ਹੈ ਤਾਂ ਤੁਸੀਂ ਲੱਗ ਜਾਓਗੇ, ਨਹੀਂ ਤਾਂ ਕੋਈ ਫਾਇਦਾ ਨਹੀਂ ਹੈ। ਕੁਛ ਪਾਰ ਛੱਡਾ ਰਮੇਸ਼ ਨੂੰ ਆਸਟ੍ਰੇਲੀਆ ਵਾਲੇ ਮੁੰਡੇ ਦਾ ਘਰ ਵਧੀਆ ਲੱਗਾ ਕਿ ਆਪਦੇ ਕੈਨੇਡਾ ਵਾਲੇ ਮੁੰਡੇ ਦਾ ਘਰ ਵਧੀਆ ਲੱਗਾ? ਐਕਚੁਲੀ ਮੈਂ ਆਸਟ੍ਰੇਲੀਆ ਹਾਲੇ ਗਿਆ ਨਹੀਂ ਜੀ,
ਤੇ ਕੈਨੇਡਾ ਬੇਟਾ ਨੇ ਹਲੇ ਘਰ ਲਿਆ ਨਹੀਂ ਉਸੇ ਕਹਿੰਦਾ ਸੀ ਅਪਾਰਟਮੈਂਟ ਮੈਂ ਮਤਲਬ ਕੰਟਰੀ ਕਿਹੜੀ ਹਲੇ ਤੱਕ ਕੰਟਰੀ ਮੈਨੂੰ ਦੋਨੇ ਵਧੀਆ ਲੱਗਿਆ ਜੀ ਕੰਟਰੀ ਕੈਨੇਡਾ ਵੀ ਠੀਕ ਹੈ ਤੇ ਆਸਟ੍ਰੇਲੀਆ ਵੀ ਠੀਕ ਹੈ ਤੇ ਕੈਨੇਡਾ ਥੋੜਾ ਇਹ ਕਿ ਪੀਆਰ ਦੇ ਮਾਮਲੇ 'ਚ ਫਾਸਟ ਪੀਆਰ ਮਾਮਲੇ 'ਚ ਫਾਸਟ ਕੈਨੇਡਾ ਜੀ ਕੈਨੇਡਾ ਇਹ ਹੈ ਕਿ ਬੱਚਾ 5 ਸਾਲ ਤੱਕ ਪੀਆਰ ਪੈਸੇ ਦੇ ਮਾਮਲੇ 'ਚ ਆਸਟ੍ਰੇਲੀਆ ਥੋੜਾ ਜਿਹਾ ਆਸਟ੍ਰੇਲੀਆ ਹਾਂ ਪੈਸੇ ਮਾਮਲੇ ਆਸਟ੍ਰੇਲੀਆ ਜ਼ਿਆਦਾ ਪਰ ਉੱਥੇ ਪੀਆਰ ਛੇਤੀ ਨਹੀਂ ਹੁੰਦਾ ਅੱਛਾ ਇਸ ਕਰਕੇ ਫਿਰ ਬੱਚੇ ਜ਼ਿਆਦਾ ਕੈਨੇਡਾ ਨੂੰ ਜਾਂਦੇ ਆ ਕੈਨੇਡਾ ਇੱਕ ਪੰਜਾਬੀ ਦਾ ਗੜ ਹੈ ਜੀ ਪੰਜਾਬੀ ਜ਼ਿਆਦੇ ਆ ਤੇ ਹੁਣ ਲੋਕ ਐ ਨਹੀਂ ਆਉਂਦੇਗੇ ਵੀ ਯਾਰ ਵੀ ਤਿੰਨ ਜਵਾਕ ਬਾਹਰ ਆ ਤੇਰੇ ਵੀ ਹੁਣ ਤਾਂ ਤੂੰ ਐਂ ਕਰ ਵੀ ਆਰਾਮ ਨਾਲ ਐਸ਼ ਕਰ ਫਿਰ ਲੋਕ ਹੀ ਆਉਂਦੇ ਵੀ ਨਾ ਕਰੇ ਯਾਰ ਲੱਸੀ ਵਾਲਾ ਕੰਮ ਪਤਾ ਹੀ ਗੱਲ ਹੈ ਜੀ ਬੱਚੇ ਵੀ ਕਹਿੰਦੇ ਆ ਅੱਛਾ ਬਹੁਤ ਸਾਡਾ ਮਾਣਯੋਗ ਸਦੱਸਿਆ ਵੀ ਕਹਿੰਦੇ ਆ ਜਿਹੜਾ ਮਤਲਬ ਮੇਰੇ ਕਸਟਮਰ ਹੈ ਕਿ ਖੁਦ ਕੰਮ ਛੱਡ ਦਿਓ ਨਾਲ ਦੇ ਰੇੜੀਆਂ ਵਾਲੇ ਵੀ ਕਹਿੰਦੇ ਹੋਣਗੇ ਭਰਾਵਾ ਸਾਡੇ ਪੈ ਲੈਂਦੇ ਗਾਹਕ ਤੇ ਮੇਰਾ ਅੰਦਰੋਂ ਇੱਕ ਜਜ਼ਬਾ ਹੈ ਅੱਛਾ ਕਿ ਮੈਂ ਇਸੇ ਮੇਰੀ ਔਕਾਤ ਹੈ ਕਿਉਂਕਿ ਇਸੇ ਵਿੱਚੋਂ ਮੈਂ ਉੱਪਰ ਹੋਇਆ ਕਿਉਂਕਿ ਮੈਂ ਆਪਦੀ ਔਕਾਤ ਨੂੰ ਭੁੱਲਣਾ ਨਹੀਂ ਚਾਹੁੰਦਾ ਮੈਂ ਸੋਚਦਾ ਕਿ ਮੇਰੀ ਔਕਾਤ ਮੈਨੂੰ ਯਾਦ ਰਹੇ ਕਿਉਂਕਿ ਬੈਕਗਰਾਉਂਡ ਹਮੇਸ਼ਾ ਬੰਦੇ ਨੂੰ ਯਾਦ ਰੱਖਣਾ ਚਾਹੀਦਾ ਜਾਂ ਬੈਕਗਰਾਉਂਡ ਬੰਦੇ ਨੂੰ ਯਾਦ ਰਹਿੰਦਾ ਤਾਂ ਬੰਦੇ ਕਦੇ ਡੋਲਦਾ ਨਹੀਂ ਕਿਉਂਕਿ ਮੈਂ ਹਮੇਸ਼ਾ ਆਪਦੀ ਔਕਾਤ ਨਹੀਂ ਭੁੱਲਦਾ ਹਾਂ ਕਿਉਂਕਿ ਮੈਂ ਹੁਣ ਵੀ ਜੇ ਕੰਮ ਕਰਦਾ ਤਾਂ ਮੈਨੂੰ ਐਂ ਲੱਗਦਾ ਮੈਂ ਬਹੁਤ ਵਧੀਆ ਕੰਮ ਕਰੀ ਜਾਂਦਾ ਆ ਗਲਾਸ ਧੋਣਾ ਨਾ ਗਲਾਸ ਧੋਣਾ ਹੋਣਾ ਤਾਂ ਐਂ ਲੱਗਦਾ ਮੈਂ ਅੰਮ੍ਰਿਤ ਧੋਈ ਜਾਂਦਾ ਮਤਲਬ ਮੈਨੂੰ ਐਂ ਲੱਗਦਾ ਮੈਂ ਝੂਠ ਧੋਤਾ ਹੀ ਨਹੀਂ ਮੈਂ ਤਾਂ ਲੱਗਦਾ ਅੰਮ੍ਰਿਤ ਧੋਈ ਜਾਂਦਾ ਤਾਂ ਮੇਰੇ ਅੱਗੇ ਨਾਲੋਂ ਮੈਨੂੰ ਜ਼ਿਆਦਾ ਇੱਕ ਉਤਸਵ ਇੱਕ ਮੇਰੇ ਇੱਕ ਜਜ਼ਬਾ ਹੁੰਦਾ ਕਿ ਮੈਂ ਕੰਮ ਕਰਾਂ ਅੱਛਾ ਹੋਰ ਕਰਾਂ ਅਤੇ ਬਾਹਰ ਹੁਣ ਫਿਰ ਕਦੋਂ ਜਾ ਰਿਹਾ ਬਾਈ ਬਾਹਰ ਮੈਂ ਜੀ ਹੋ ਸਕਦਾ ਮੈਂ ਨਵੰਬਰ ਜਾਂ ਦਸੰਬਰ 'ਚ ਫਿਰ ਜਾਊਂਗਾ ਇੱਕ ਵਾਰੀ ਅਤੇ ਬੇਟਾ ਕਹਿੰਦਾ ਸੀ ਕਿ ਇੱਕ ਵਾਰੀ ਆਓ ਫਿਰ ਘੁੰਮਣ ਵਾਸਤੇ ਅਤੇ ਜੇ ਤਾਂ ਮੌਕਾ ਮਿਲਿਆ ਤਾਂ ਨਵੰਬਰ ਦਸੰਬਰ ਨਹੀਂ ਤਾਂ ਫਿਰ 23 'ਚ ਵੈਦਰ ਕਿਹੜਾ ਵਧੀਆ ਲੱਗਿਆ ਇੰਡੀਆ ਦਾ ਵਧੀਆ ਲੱਗਿਆ ਕਿੱਧਰ ਦਾ ਵੈਦਰ ਦੇਖੋ ਜੀ ਉੱਥੇ ਤਾਂ ਤੁਹਾਨੂੰ ਪਤਾ ਹੀ ਹੈ ਦੋ ਹੀ ਰੁੱਤ ਮਿਲਦੇ ਆ ਕੈਨੇਡਾ 'ਚ ਕਿਉਂਕਿ ਉੱਥੇ ਤਾਂ ਮਾੜਾ ਮੌਸਮ ਗਰਮ ਹੋਇਆ ਮੀਂਹ ਅਤੇ ਸਨੋਅ ਤਾਂ ਉੱਥੇ ਤੁਹਾਨੂੰ ਪਤਾ ਹੀ ਹੈ ਸਿਆਲਾ ਬਾਲਾ ਔਖਾ ਅਤੇ ਆਪਣੀ ਚਾਰ ਰੁੱਤ ਹੈ ਜੀ ਰੁੱਤ ਵੱਲੋਂ ਤਾਂ ਆਪਣਾ ਇੰਡੀਆ ਬਹੁਤ ਵਧੀਆ ਹੈ 6 ਰੁੱਤਾਂ ਹੋ ਜਾਂਦੀਆਂ ਆਪਣੇ ਮਿਲਾ ਕੇ ਵਿੱਚ ਮਤਲਬ ਜੇ ਮਿਲਾਈਏ ਤਾਂ 6 ਰੁੱਤਾਂ ਹੋ ਜਾਂਦੀਆਂ ਉੱਥੇ ਤਾਂ ਆਪਾਂ ਨੂੰ ਰੁੱਤ ਤਾਂ ਦੋ ਹੀ ਮਿਲਦੇ ਆ ਉਹ ਤਾਂ ਹੋਰ ਤਾਂ ਰੁੱਤ ਮਤਲਬ ਇਹ ਹੈ ਕਿ ਚਲੋ ਸਿਰਫ ਮੈਂ ਦੇਖੀ ਤਾਂ ਸੌਖਾ ਉੱਥੇ ਸਿਰਫ ਸਿਸਟਮ ਕਰਕੇ ਬੱਚੇ ਜਾ ਰਹੇ ਆ ਉਹੀ ਸਿਸਟਮ ਇੱਥੇ ਬਣ ਜੇ ਆਪਣੇ ਇੰਡੀਆ ਮੁੱਕ ਦੀ ਗੱਲ ਇਹ ਜਿਹੜਾ ਸਫ਼ਰ ਆ ਉਹ ਸਿਰਫ ਸਿਸਟਮ ਕਰਕੇ ਡਾਲਰਾਂ 'ਚ ਇੰਨੇ ਪੈਸੇ ਲਾ ਕੇ ਸਾਨੂੰ ਭੱਜਣਾ ਪੈ ਰਿਹਾ ਉਹ ਸਾਡੀ ਇਕਾਨਮੀ 'ਤੇ ਵੀ ਫਰਕ ਪਾ ਰਿਹਾ ਆਰਥਿਕ ਵਿਵਸਥਾ ਨਹੀਂ ਡਿੱਗ ਰਹੀ ਸਾਡੇ ਹੋਰ ਕਈ ਕਿੱਤਿਆਂ ਦੇ ਆਉਣ ਵਾਲੇ ਸਮੇਂ 'ਚ ਵੇਖੋ ਕਿੰਨਾ ਫਰਕ ਪੈਂਦਾ ਕਿਉਂਕਿ ਘਰ ਘਰ ਦਾ ਬੱਚਾ ਜਿਹੜਾ ਬਾਹਰ ਪ੍ਰਵੇਸ਼ ਕਰ ਰਿਹਾ ਹਾਂਜੀ ਹਾਂਜੀ ਅਤੇ ਮਹੇਸ਼ ਬਾਈ ਇੰਨਾ ਪੈਸਾ ਚੱਕਿਆ ਹੈ ਨਾ ਉਸ ਸਮੇਂ ਦਾ ਫਿਰ ਕਿਵੇਂ ਸਫ਼ਰ ਤੈਅ ਕੀਤਾ ਕਰਜ਼ਾ ਲਾਹੁਣ ਵਾਲਾ ਕਿਉਂਕਿ 3 ਜਵਾਕ ਬਾਹਰ ਭੇਜਣੇ ਦੇਖੋ ਉਹ ਵੀ ਇਹੋ ਜਿਹੀ ਕੰਟਰੀ ਜਿੱਥੇ ਲੋਕ ਸੁਪਨਾ ਲੈਂਦੇ ਆ ਵੀ ਆਸਟ੍ਰੇਲੀਆ ਕੈਨੇਡਾ ਹੈ ਨਾ ਮੈਨੂੰ ਤਾਂ ਖੁਦ ਨਹੀਂ ਪਤਾ ਲੱਗਦਾ ਜੀ ਮੈਂ ਤਾਂ ਸਿਰਫ ਮੈਂ ਇੱਕ ਹੀ ਗੱਲ ਸੋਚਦਾ ਹੁੰਦਾ ਹਮੇਸ਼ਾ ਕਿ ਮਿਹਨਤ ਪਰਮਾਤਮਾ ਮਿਹਨਤ ਮੇਰੇ ਤੋਂ ਜਿੰਨੇ ਮਰਜ਼ੀ ਕਰਾ ਲਓ ਪਰ ਰਹਿਮਤ ਤੁਸੀਂ ਦੇਣਾ ਮੈਂ ਤਾਂ ਮਿਹਨਤ ਮੈਂ ਨਹੀਂ ਛੱਡਿਆ ਨਾ ਮੈਂ ਹਿੰਮਤ ਹਾਰਿਆ ਜਿੰਨੇ ਮਰਜ਼ੀ ਮੇਰੇ ਅੱਗੇ ਕੋਈ ਵੀ ਸੰਘਰਸ਼ ਆਇਆ ਮੈਂ ਉਹਨੂੰ ਡਟ ਕੇ ਮੁਕਾਬਲਾ ਕੀਤਾ ਬਹੁਤ ਜ਼ਿਆਦਾ ਆਇਆ ਸੰਘਰਸ਼ ਮਤਲਬ ਕਈ ਵਾਰੀ ਇੰਨੇ ਪੈਸੇ ਕਰਜ਼ ਹੋ ਗਏ ਸੀ ਕਿ ਮੈਂ ਸੋਚਦਾ ਸੀ ਕਿਵੇਂ ਲਾਊਂਗਾ ਪਰ ਮਿਹਨਤ ਨਹੀਂ ਛੱਡੀ ਮਿਹਨਤ ਦਾ ਰੰਗ ਲਾਈ ਗਿਆ ਮਿਹਨਤ ਜਦੋਂ ਕਰੀ ਗਿਆ ਕਰਜ਼ੇ ਲਈ ਗਿਆ ਪਤਾ ਹੀ ਨਹੀਂ ਲੱਗਿਆ ਕਿਵੇਂ ਲੈ ਗਿਆ ਅਤੇ ਹੁਣ ਮਾਲਕ ਦੀ ਮਿਹਰ ਹੈ ਜੀ ਟੈਨਸ਼ਨ ਫਰੀ ਹੈ ਆਪਦਾ ਮੈਂ ਵਧੀਆ ਇੰਜੋਏ ਕਰਦਾ ਰੋਟੀ ਹਜੇ ਵੀ ਲਾਉਂ ਮਤਲਬ ਵੀ ਮੇਜ ਕਹਿੰਦਾ ਬਾਈਆਂ ਦਾ ਵੀ ਹਜੇ ਵੀ ਆਪਾਂ ਇਹ ਰੇਹੜੀ ਵਾਲਾ ਕੰਮ ਨਹੀਂ ਛੱਡਣਾ ਹੈ ਨਾ ਹਾਂਜੀ ਹਾਂਜੀ ਮੇਰਾ ਕਹਿਣ ਦਾ ਮਤਲਬ ਹੈ ਜੀ ਮੈਨੂੰ ਨਾ ਸਿਰਫ ਇੱਕ ਮੈਂ ਤਾਂ ਰੇਹੜੀ ਲਾਉਣਾ ਕਿ ਮੇਰੀ ਔਕਾਤ ਯਾਦ ਰਹੇ ਕਿ ਮੈਂ ਰੇਹੜੀ ਲਾ ਕੇ ਹੀ ਮੈਂ ਇਹੀ ਗੱਲ 'ਤੇ ਆਉਣਾ ਚਾਹੁੰਦਾ ਸੀ ਮੈਂ ਇਹ ਨਹੀਂ ਕਹਿੰਦਾ ਵੀ ਕੰਮ ਛੋਟਾ ਵੱਡਾ ਇਹੀ ਗੱਲ ਕਹਿਣ ਦਾ ਭਾਵ ਸਾਡਾ ਇਹੀ ਆ ਕੰਮ ਕੋਈ ਛੋਟਾ ਵੱਡਾ ਨਹੀਂ ਬੰਦੇ ਦੀ ਸੋਚ ਆ ਛੋਟੀ ਵੱਡੀ ਇਹ ਗੱਲ ਸੱਚ ਆ ਕਿਉਂਕਿ ਦੇਖੋ ਕੰਮ ਬਾਹਰ ਜਾ ਕੇ ਵੀ ਇਹੀ ਕਰਨੇ ਪੈਂਦੇ ਆ ਥੋੜ੍ਹਾ ਜਿਹਾ ਬਦਲਵਾਂ ਰੂਪ ਹੋ ਜਾਂਦਾ ਕਿਸੇ ਰੈਸਟੋਰੈਂਟ 'ਚ ਕੰਮ ਕਰਨਾ ਪੈ ਜਾਂਦਾ ਕਿਸੇ ਫਾਰਮ 'ਚ ਕੰਮ ਕਰਨਾ ਪੈ ਜਾਂਦਾ ਇੱਥੇ ਇਹ ਓਨਰ ਆਪਦਾ ਇਹ ਮਾਲਕ ਆ ਹੁਣੇ ਸ਼ਟਰ ਡਾਊਨ ਕਰਕੇ ਛੱਤਰੀ ਬੈਂਡ ਕਰਕੇ ਅਤੇ ਰੇਹੜੀ ਕਦੋਂ ਲਿਜਾ ਸਕਦਾ ਅਤੇ ਕਾਰਨ ਕੀ ਆ ਸਿਸਟਮ ਆਪਾਂ ਆਪਣੇ ਦੇਸ਼ ਦਾ ਸਿਸਟਮ ਹੌਲੀ ਹੌਲੀ ਆਪਣੇ ਘਰ ਤੋਂ ਕਰੀਏ ਆਪਣੇ ਆਪ ਤੋਂ ਕਰੀਏ ਹੌਲੀ 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 ਸਾਰਾ ਕੁਛ ਚੇਂਜ ਹੋ ਜੂਗਾ ਇੰਨੀਆਂ ਰੁੱਤਾਂ ਇਹੋ ਜਿਹੇ ਪਾਣੀ ਇਹੋ ਜਿਹੀਆਂ ਹਰੀ ਭਰੀ ਧਰਤੀ ਦੁਨੀਆ 'ਤੇ ਕਿਤੇ ਮਰਜ਼ੀ ਜਾ ਵੜੋ ਪੰਜਾਬ ਨਾਲ ਦੀ ਹਰੀ ਭਰੀ ਧਰਤੀ ਅਤੇ ਰੰਗਾਂ ਦੇ ਮਹਿਕਦੀ ਹੋਈ ਧਰਤੀ ਕਿਤੇ ਵੀ ਨਹੀਂ ਦਿਸਣੀ ਤੁਹਾਨੂੰ ਪੰਜਾਬ ਨਾਲ ਦੇ ਪਾਣੀ ਵੀ ਕਿਤੇ ਨਹੀਂ ਪਰ ਇੱਕ ਗੱਲ ਹੋਰ ਕਰਨਾ ਚਾਹੁੰਦਾ ਕਿ ਜਿਵੇਂ ਆਪਾਂ ਕਹਿ ਦਿੰਦੇ ਹਰ ਵਾਰੀ ਸਰਕਾਰ ਆਪਣੇ ਬਦਲਾਓ ਸਰਕਾਰ ਨੂੰ ਸਰਕਾਰ ਸਿਸਟਮ ਨੂੰ ਬਦਲਾਓ ਕੀ ਕਰ ਦੂ ਸਰਕਾਰ ਸਰਕਾਰ ਕੀ ਕਰ ਦੂ ਮੈਂ ਤਾਂ ਇੱਕ ਗੱਲ ਕਹਿਣਾ ਜਦੋਂ ਆਪਾਂ ਆਪਣੇ ਆਪ ਨੂੰ ਨਹੀਂ ਬਦਲਾਂਗੇ ਜਿੰਨੇ ਦੇਰ ਤੱਕ ਸਰਕਾਰ ਕੀ ਕਰੂਗਾ
ਆਪਾਂ ਕਦੇ ਨਹੀਂ ਸੋਚਦੇ ਹਾਂ ਕਿ ਲੈ ਵੀ ਕਿ ਆਪਣੇ ਆਪ ਨੂੰ ਬਦਲ ਜਾਈਏ, ਹਮੇਸ਼ਾ ਆਪਾਂ ਦੂਜੇ ਦੇ ਹਮੇਸ਼ਾ ਥੋਪਦੇ ਰਹਿੰਦੇ ਹਾਂ ਕਿ ਲੈ ਵੀ ਉਹ ਸਰਕਾਰ ਐਂ ਨਹੀਂ ਕਰਦੀ। ਮੈਂ ਤਾਂ ਕਹਿੰਦਾ ਆਪਣੇ ਆਪਾਂ ਬਦਲ ਜਾਈਏ ਨਾ ਤਾਂ ਆਪਣੇ ਆਪ ਬਦਲ ਜਾਈਏ ਤਾਂ ਸਾਰਾ ਇੰਡੀਆ ਆਪਣੇ ਆਪ ਹੀ ਸਾਰਾ ਕੁਛ ਬਦਲ ਜੂਗਾ। ਅੱਜ ਕੱਲ੍ਹ ਲੋਕਾਂ 'ਚ ਕੀ ਹੈ ਜੀ, ਆਮ ਤੌਰ 'ਤੇ ਦੇਖੋ ਆਪਾਂ ਜੇ ਵੋਕਰ ਹੀ ਸ਼ੁਰੂ ਕਰਦੇ ਹਾਂ, ਵੋਕਰ ਜਦੋਂ ਮਾਰਦੇ ਹਾਂ ਵੋਕਰ ਮਾਰਦੇ ਮਾਰਦੇ ਆਪਾਂ ਇੱਕ ਦੂਜੇ ਤੋਂ ਅੱਗੇ ਜਾ ਕੇ ਲਾ ਦਿੰਦੇ ਹਾਂ। ਆਪਾਂ ਇਹ ਨਹੀਂ ਸੋਚਦੇ ਹਾਂ ਕਿ ਵੋਕਰ ਮਾਰ ਕੇ ਆਪਾਂ ਕਿਸੇ ਡਸਟਬਿਨ 'ਚ ਪਾਈਏ, ਦੂਜੇ ਦੇ ਅੱਗੇ ਕਿਉਂ ਵੋਕਰ ਮਤਲਬ ਗੰਦ ਪਾਈਏ, ਪਰ ਇਹ ਲੋਕਾਂ 'ਚ ਕੋਈ ਇਸ ਚੀਜ਼ ਦਾ ਬਾਹਰ ਇਹ ਚੀਜ਼ਾਂ ਦਾ ਬਹੁਤ ਜ਼ਿਆਦਾ ਧਿਆਨ ਰੱਖਦੇ ਆ, ਕੋਈ ਇਹ ਲੋਕਾਂ ਨੂੰ ਉਹ ਹੈ ਨਹੀਂ ਕਿ ਲੈ ਵੀ ਮੈਂ ਕੀ ਗਲਤ ਕਰ ਰਿਹਾ, ਪਤਾ ਲੋਕਾਂ ਨੂੰ ਕਿ ਮੈਂ ਗਲਤ ਕਰ ਰਿਹਾ। ਫਿਰ ਨਾਗਰਾਫਾਲ ਵੀ ਮੈਂ ਇੱਕ ਤਸਵੀਰ ਦੇਖੀ ਤੁਸੀਂ ਮੈਨੂੰ ਭੇਜੀ ਸੀਗੀ, ਹਾਂਜੀ ਉਹ ਵੀ ਗਏ ਆ ਨਾਗਰਾਫਾਲ? ਹਾਂਜੀ ਉੱਥੇ ਵੀ ਗਿਆ, ਮਤਲਬ ਬੇਟੇ ਨੇ ਬਹੁਤ ਤਰ੍ਹਾਂ ਕੀ ਕਿਹੋ ਜਿਹੇ ਕਿਹੋ ਜਿਹੇ ਪਲੇਸ ਵੇਖੀ ਆ ਜੀ, ਮਤਲਬ ਉੱਥੇ ਤਾਂ ਚੀਜ਼ ਦੇਖਣ ਵਾਸਤੇ ਬਹੁਤ ਵਧੀਆ ਚੀਜ਼ ਹੈ, ਹਰ ਚੀਜ਼ ਦਾ ਦੇਖੋ ਸਿਸਟਮ ਹੈ ਜੀ। ਉੱਥੇ ਤੁਸੀਂ ਜਾਓਗੇ, ਮੰਨ ਲਓ ਕਿਤੇ ਜਾਣ ਲੱਗੇ ਤੁਸੀਂ ਕੋਈ ਚੀਜ਼ ਖਾਣ ਵੀ ਲੱਗੇ, ਤੁਹਾਨੂੰ ਡਸਟਬਿਨ ਨਾ ਮਿਲਿਆ, ਐਕਚੁਅਲੀ ਤੁਹਾਨੂੰ ਉਹ ਥੈਲੇ 'ਚ ਪਾਉਣਾ ਪੈਣਾ, ਜੇਬ 'ਚ ਪਾਉਣਾ ਪੈਣਾ, ਜਿੱਥੇ ਤੁਹਾਨੂੰ ਡਸਟਬਿਨ ਮਿਲੂਗਾ ਉੱਥੇ ਡਸਟਬਿਨ 'ਚ ਪਾਓਗੇ, ਐਂ ਨਹੀਂ ਕਿ ਖਾਧਾ ਐਂ ਚਲਾ ਕੇ ਮਾਰਿਆ। ਆਪਣੇ ਇੰਡੀਆ 'ਚ ਕੀ ਹੈ, ਕੇਲੇ ਲਾ ਲਓ, ਕੇਲੇ ਖਾਈ ਜਾਂਦੇ ਛਿੱਲਾ ਐਂ ਮਾਰ ਦਿੰਦੇ। ਮੈਨੂੰ ਲੱਗਦਾ ਅਸਲ ਧਰਮ ਉੱਧਰ ਜ਼ਿਆਦੇ ਆ, ਆਪਣੇ ਧਰਮ 33 ਕਰੋੜ ਦੇਵਤਾ ਆਪਣੇ, ਪਰ ਧਰਮ ਉੱਧਰ ਜ਼ਿਆਦੇ ਆ, ਧਰਮ ਜ਼ਿਆਦੇ ਆਪਣੇ, ਸਿਰਫ ਦੇਵਤੇ ਨੂੰ ਪੂਜਦੇ ਆ ਪਰ ਦੇਵਤੇ ਆਪਾਂ ਮੰਨਦੇ ਨਹੀਂ, ਸਿਰਫ ਇੱਕ ਆਪਾਂ ਇੱਕ ਫਾਰਮੈਲਿਟੀ ਕਰਦੇ, ਬਾਣੀ ਪੜ੍ਹਦੇ ਆ ਪਰ ਮੰਨਦੇ ਨਹੀਂ, ਆਪਾਂ ਗੁਰਦੁਆਰਾ ਸਾਹਿਬ ਜਾਂਦੇ ਆ ਜੀ, ਆਪਾਂ ਮੱਥਾ ਟੇਕਦੇ ਆ ਪਰ ਮੰਨਦੇ ਨਹੀਂ ਉੱਥੇ ਬਹੁਤ ਕੁਝ ਸਿੱਖਣ ਨੂੰ ਮਿਲਦਾ, ਜੇ ਆਪਾਂ ਉੱਥੇ ਸੁਣ ਲੈਂਦੇ ਹਾਂ, ਉੱਥੇ ਸੁਣ ਕੇ ਜਦੋਂ ਬਾਹਰ ਆਉਂਦੇ ਹਾਂ ਫਿਰ ਉਵੇਂ ਹੋ ਜਾਂਦੇ ਹਾਂ, ਆਪਾਂ ਉਸ ਚੀਜ਼ ਨੂੰ ਅਮਲ ਨਹੀਂ ਕਰਦੇ ਹਾਂ। ਅਗਰ ਉਸ ਚੀਜ਼ ਨੂੰ ਅਮਲ ਕਰੀਏ ਨਾ ਤਾਂ ਆਪਾਂ ਨੂੰ ਹਰ ਚੀਜ਼ ਦਾ ਸੁੱਖ ਮਿਲ ਸਕਦਾ, ਹਰ ਚੀਜ਼ ਦਾ ਆਪਾਂ ਨੂੰ ਪਿਆਰ ਮਿਲ ਸਕਦਾ। ਫਰੀਦਕੋਟ ਵਾਸੀਆਂ ਨੇ ਕਿੱਦਾਂ ਸਾਥ ਦਿੱਤਾ ਸ਼ਹਿਰ ਵਾਲਿਆਂ ਨੇ? ਫਰੀਦਕੋਟ ਵਾਸੀਆਂ ਦਾ ਬਹੁਤ ਜ਼ਿਆਦਾ ਧੰਨਵਾਦੀ, ਸਭ ਤੋਂ ਪਹਿਲਾਂ ਤਾਂ ਬਾਬਾ ਫਰੀਦ ਜੀ ਦਾ ਬਹੁਤ ਜ਼ਿਆਦਾ ਧੰਨਵਾਦੀ ਹੈ ਜੀ ਕਿ ਜਿਹੜਾ ਕਿ ਆਉਂਦੇ ਮੈਂ ਫਰੀਦਕੋਟ ਆਉਂਦੇ ਮੈਂ ਆਪਦਾ ਬਿਜ਼ਨਸ ਸ਼ੁਰੂ ਕੀਤਾ ਅਤੇ ਬਾਬਾ ਫਰੀਦ ਜੀ ਨੇ ਇੰਨਾ ਮਿਹਰ ਕੀਤੀ ਕਿ ਮਤਲਬ ਉਹਨਾਂ ਦੇ ਦੇ ਨਹੀਂ ਦੇ ਸਕਦੇ। ਉਦੋਂ ਬਾਅਦ ਫਰੀਦਕੋਟ ਵਾਸੀਆਂ ਦਾ ਬਹੁਤ ਜ਼ਿਆਦਾ ਸਹਿਯੋਗ ਮਿਲਿਆ ਮੈਨੂੰ, ਕਿਉਂਕਿ ਫਰੀਦਕੋਟ ਵਾਸੀਆਂ ਨੇ ਹੀ ਮੈਨੂੰ ਇੱਥੇ ਤੱਕ ਪਹੁੰਚਾਇਆ, ਕਿਉਂਕਿ ਜੋ ਉਹਨਾਂ ਨੇ ਮੇਰੇ ਨੂੰ ਪਿਆਰ ਦਿੱਤਾ, ਸਤਿਕਾਰ ਦਿੱਤਾ, ਮੇਰੇ ਕੋਲ ਆਏ, ਮੇਰੇ ਤੋਂ ਲੱਸੀ ਪੀਤੀ, ਮੈਂ ਤਾਂ ਕਰਕੇ ਇੱਥੋਂ ਡਿਵੈਲਪਮੈਂਟ ਕੀਤਾ। ਇਸ ਕਰਕੇ ਮੈਂ ਫਰੀਦਕੋਟ ਵਾਸੀਆਂ ਦੀ ਕੋਟੀ ਕੋਟੀ ਧੰਨਵਾਦ ਕਰਦਾ, ਬਾਬਾ ਫਰੀਦ ਜੀ ਦਾ ਤਾਂ ਸਭ ਦੇ ਮਿਹਰ ਹੈ। ਲਾਸਟ ਦੇ ਵਿੱਚ ਅਸੀਂ ਸਮਾਪਤੀ ਕਰਾਂਗੇ ਇਸੇ ਮੋਟੀਵੇਸ਼ਨਲ ਇੱਕ ਸਟੋਰੀ ਦੇ ਨਾਲ, ਅਤੇ ਬਈ ਲਾਸਟ ਦੇ ਵਿੱਚ ਇੱਕ ਇਹੋ ਜਿਹਾ ਸੰਦੇਸ਼ ਦੇ ਦਿਓ ਜਿਹਦੇ ਨਾਲ ਲੋਕਾਂ ਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ, ਕੋਈ ਵੀ ਕਾਰਜ ਕਰਦੇ ਆ, ਜ਼ਰੂਰੀ ਨਹੀਂ ਬਾਹਰ ਜਾਣਾ, ਹਾਂਜੀ ਹਾਂਜੀ, ਭਾਵੇਂ ਉਹ ਬਿਜ਼ਨਸ ਖੋਲ੍ਹਦੇ ਆ, ਕੋਈ ਕਰਦੇ ਆ, ਉਹਨਾਂ ਨੂੰ ਇੱਕ ਮੋਟੀਵੇਸ਼ਨਲ ਸੰਦੇਸ਼ ਜ਼ਰੂਰ ਦਿਓ। ਮੈਂ ਤਾਂ ਇਹੀ ਸੰਦੇਸ਼ਾ ਦੇਣਾ ਚਾਹੁੰਦਾ ਜੀ ਸਾਰੇ ਦਰਸ਼ਕਾਂ ਨੂੰ ਕਿ ਦੇਖੋ ਜਦੋਂ ਆਪਾਂ ਕੰਮ ਕੋਈ ਕਰਦੇ ਹਾਂ, ਜਦੋਂ ਕੰਮ ਕਰਦੇ ਹਾਂ ਨਾ, ਜੇ ਮਾੜਾ ਜਿਹਾ ਨਾ ਚੱਲੇ ਤਾਂ ਆਪਾਂ ਹਿੰਮਤ ਹਾਰ ਦਿੰਦੇ ਹਾਂ, ਪਰ ਉਸ ਚੀਜ਼ ਨੂੰ ਲੱਗੇ ਰਹੋ, ਆਪਾਂ ਉਸ ਚੀਜ਼ ਨੂੰ ਜਜ਼ਬਾ ਲਗਨ ਨਾਲ ਲੱਗੇ ਰਹੋ ਜੇ ਆਪਾਂ ਸੱਚੇ ਮਨ ਨਾਲ ਕੰਮ ਕਰਾਂਗੇ ਨਾ ਉਸ ਚੀਜ਼ ਤੋਂ ਜ਼ਰੂਰ ਡਿਵੈਲਪਮੈਂਟ ਮਿਲੂਗਾ। ਜਦੋਂ ਆਪਾਂ ਜੇ ਮਾੜਾ ਜਿਹਾ ਕੰਮ ਆਪਾਂ ਮੰਨ ਲਓ ਅੱਜ ਕੰਮ ਸ਼ੁਰੂ ਕੀਤਾ ਅਤੇ ਸਵੇਰ ਤੋਂ ਆਪਾਂ ਕਹਿੰਦੇ ਮੇਰੇ ਜੇਬ 'ਚ ਤਾਂ 15-20 ਹਜ਼ਾਰ ਦਾ 1500-2000 ਪੈਣ ਲੱਗ ਜੇ, ਪਰ ਨਹੀਂ ਆਪਾਂ ਕੋਈ ਚੀਜ਼ ਨੂੰ ਉਸ ਚੀਜ਼ ਨੂੰ ਚੰਗੀ ਚੀਜ਼ ਦਾ ਫਲ ਲੇਟ ਹੀ ਮਿਲਦਾ ਜੀ। ਅਤੇ ਜਦੋਂ ਵੀ ਕੰਮ ਕੋਈ ਕਰੋ ਸੱਚੇ ਮਨ ਨਾਲ ਕਰੋ, ਅੰਦਰੋਂ ਸਾਫ਼ ਕਰਕੇ, ਹਾਂ ਵੀ ਪਤਾ ਕਸਟਮਰ ਨੂੰ ਕੋਈ ਚੀਜ਼ ਪਿਆਉਂਦੇ ਹਾਂ, ਮੰਨ ਲਓ ਆਪਾਂ ਲੱਸੀ ਪਿਆਉਂਦੇ ਹਾਂ, ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਜਿਹੜੀ ਲੱਸੀ ਮੈਂ ਪਿਆ ਰਿਹਾ ਉਹ ਖੁਦ ਮੈਂ ਵੀ ਪੀ ਰਿਹਾ, ਪਰ ਜੇ ਆਪਾਂ ਸੋਚ ਲੈਂਦੇ ਨਾ ਕਿ ਗਾਹਕ ਪੀਣਾ ਆਪਾਂ ਜਿਹੋ ਜਿਹੇ ਮਰਜ਼ੀ ਪਿਆ ਦਈਏ ਫਿਰ ਉਹ ਬੰਦਾ ਕਦੇ ਕਾਮਯਾਬ ਨਹੀਂ ਹੋਊਗਾ। ਮੈਂ ਹਮੇਸ਼ਾ ਇੱਕ ਚੀਜ਼ ਹੀ ਸੋਚਿਆ ਅਤੇ ਹਮੇਸ਼ਾ ਉਹੀ ਚੀਜ਼ ਨੂੰ ਯਾਦ ਰੱਖਦਾ ਕਿ ਜਦੋਂ ਮੈਂ ਲੱਸੀ ਬਣਾਉਣਾ ਮੈਂ ਇਹ ਸੋਚਦਾ ਮੈਂ ਪੀਣੀ ਹੈ, ਮੈਂ ਕਸਟਮਰ ਨਹੀਂ, ਮੈਂ ਸੋਚਦਾ ਕਸਟਮਰ ਨੇ ਜੇ ਮੈਂ ਪੀਣੀ ਹੈ ਕਸਟਮਰ ਨੇ ਪੀਣੀ ਹੈ। ਪਰ ਜੇ ਆਪਾਂ ਸੋਚ ਲੈਂਦੇ ਨੇ ਕਿ ਉਹ ਯਾਰ ਜਿਵੇਂ ਮਰਜ਼ੀ ਬਣਾ ਦਿਉ ਕਸਟਮਰ ਨੇ ਪੀਣੀ ਜਿਵੇਂ ਮਰਜ਼ੀ, ਪਰ ਨਹੀਂ ਨੋ, ਇਸ ਚੀਜ਼ ਨੂੰ ਮੈਂ ਨਹੀਂ ਮੰਨਦਾ। ਮੈਂ ਸੋਚਦਾ ਕਿ ਚੀਜ਼ ਉਹ ਬਣਾਓ ਕਿ ਜਿਹੜਾ ਤੁਹਾਨੂੰ ਕੱਲ੍ਹ ਨੂੰ ਕੋਈ ਲਾਂਬਾ ਨਾ ਦੇਵੇ, ਗਾਹਕ ਤੁਹਾਨੂੰ ਪਿਆਰ ਕਰੇ, ਗਾਹਕ ਸੋਚੇ ਨਹੀਂ ਵੀ ਵਧੀਆ ਚੀਜ਼ ਪਿਆ। ਸਹੀ ਗੱਲ, ਹਾਂ ਆਪਾਂ ਇਹ ਚੀਜ਼ ਸੋਚ ਕੇ ਚੱਲਦੇ ਹਾਂ ਜੀ। ਅੱਜ ਤੱਕ ਤਾਂ ਸ਼ੁਰੂ ਤੋਂ ਵੀ ਮੇਰਾ ਸੋਚ ਇਹੀ ਹੈ, ਤੁਸੀਂ ਯਕੀਨ ਨਹੀਂ ਮੰਨੋਗੇ। ਇੱਕ ਹੋਰ ਗੱਲ ਹੈ, ਅੱਜ ਤੱਕ ਮੈਂ ਆਪਣੇ ਹੱਥ ਨਾਲ ਸਪਰੇਟੇ ਦੁੱਧ ਦਾ ਤੁਪਕਾ ਨਹੀਂ ਪਾ ਕੇ ਦੇਖਿਆ। ਇਸ ਵੇਲੇ ਮੈਂ 70 ਰੁਪਏ ਕਿਲੋ ਦੁੱਧ ਲੈਣਾ, 70 ਰੁਪਏ ਪੂਰੇ 70 ਰੁਪਏ ਦੁੱਧ ਲੈਣਾ, ਅਤੇ ਬਾਈ ਉਹ ਜੇ ਪਾ ਦੇਵੇ ਜਿੱਥੋਂ ਦੁੱਧ ਲੈਣਾ ਉਹ ਪਾ ਦੇ, ਉਹ ਤਾਂ ਉਹਦੀ ਜ਼ਿੰਮੇਵਾਰੀ ਹੈ, ਉਹਦੀ ਰਿਸਪੋਂਸੀਬਿਲਟੀ ਹੈ। ਪਰ ਆਪਣੇ ਹੱਥ ਨਾਲ ਮੈਂ ਅੱਜ ਤੱਕ ਨਾ ਸੈਲਫਰ ਖੰਡ ਵਰਤੀ ਹੈ ਅਤੇ ਨਾ ਹੀ ਸਪਰੇਟ ਦਾ ਦੁੱਧ ਪਾਇਆ। ਬਹੁਤ ਬਹੁਤ ਧੰਨਵਾਦ ਬਾਈ, ਬਾਬਾ ਫਰੀਦ ਨੇ ਕਿਰਪਾ ਬਹੁਤ ਕੀਤੀ ਹੈ, ਤੈਨੂੰ ਤਾਂ ਹੀ ਮਾਲਕ ਨੇ ਭਾਗ ਵੀ ਲਾਏ ਹੈ ਔਰ ਚੜ੍ਹਦੀ ਕਲਾ ਵੀ ਦਿੱਤੀ ਹੈ। ਹਾਂਜੀ, ਸੋ ਦਰਸ਼ਕੋ ਤੁਹਾਡਾ ਧੰਨਵਾਦ, ਉਮੇਸ਼ ਬਾਈ ਜੀ ਦਾ ਧੰਨਵਾਦ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਸੰਘਰਸ਼ ਇਸ ਤਰ੍ਹਾਂ ਲੜਿਆ, ਔਰ ਤੁਸੀਂ ਇਹਨਾਂ ਦੇ ਜ਼ਿੰਦਗੀ ਦੇ ਸੰਘਰਸ਼ ਤੋਂ ਸਿੱਖਣਾ ਵੀ ਕੋਈ ਵੀ ਚੀਜ਼ ਜਿਹੜੀ ਆ ਨਾਮੁਮਕਿੰਨੀ ਸਾਰਾ ਕੁਝ ਹੋ ਸਕਦਾ। ਔਰ ਲਾਸਟ ਦੇ ਵਿੱਚ ਮੈਂ ਤੁਹਾਡਾ ਪਿਆਰਾ ਵੀਰ ਅਲਵਿਦਾ ਲੈਂਦਾ ਹੋਇਆ ਇਹੀ ਵਾਅਦਾ ਕਰਦਾ ਵੀ ਜਲਦ ਮਿਲਾਂਗੇ ਇੱਕ ਮੋਟੀਵੇਸ਼ਨਲ ਸਟੋਰੀ ਦੇ ਨਾਲ। ਧੰਨਵਾਦ ਕਰਦਾ, ਸੁੱਖ ਗੋਲੇ ਵਾਲੀ ਹੈ।